ਦੰਦਾ ਦੀ ਦਵਾਈ ਲੈਣ ਗਏ ਇੱਕ ਸ਼ਖਸ ਦਾ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ 15 ਮਿੰਟ ਦੇ ਲਈ ਇੱਕ ਸ਼ਖਸ ਦਵਾਈ ਲੈਣ ਦੇ ਲਈ ਗਿਆ ਤੇ ਬਾਹਰ ਆਉਂਦਾ ਤਾਂ ਬਾਈਕ ਉਸ ਦਾ ਉਸ ਦੀ ਥਾਂ ਤੇ ਨਹੀਂ ਖੜਾ ਹੁੰਦਾ ਜਿਸ ਤੋਂ ਬਾਅਦ ਉਹ ਤੁਰੰਤ ਸੀਸੀਟੀਵੀ ਚੈੱਕ ਕਰਦਾ ਤਾਂ ਉਸ ਦੇ ਵਿੱਚ ਸਾਫ਼ ਦੇਖਦਾ ਹੈ ਕਿ ਇੱਕ ਵਿਅਕਤੀ ਜੋ ਕਿ ਪਹਿਲਾ ਤਾਂ ਬਾਈਕ ਦੇ ਉੱਤੇ ਆ ਕੇ ਬੈਠ ਜਾਂਦਾ ਹੈ ਹੱਥ ਦੇ ਵਿੱਚ ਉਸ ਦੇ ਬੈਗ ਫੜਿਆ ਹੁੰਦਾ ਹੈ ਤੇ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਤੇ ਉਹ ਬਾਈਕ ਤੇ ਚਾਬੀ ਲਗਾ ਕੇ ਮੋਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਹਿਲਾਂ ਤਾਂ ਕਾਰ ਦੇ ਕੋਲੋਂ ਨਿਕਲ ਕੇ ਆ ਰਿਹਾ ਹੈ ਹਾਲਾਂਕਿ ਸੜਕ ਜੋ ਹੈ ਉਹ ਚੱਲ ਰਹੀ ਹੁੰਦੀ ਹੈ ਸੜਕ ਦੇ ਉੱਤੇ ਆਵਾਜਾਈ ਚੱਲ ਰਹੀ ਹੁੰਦੀ ਹੈ ਤੇ ਉਹ ਪਹਿਲਾਂ ਤਾਂ ਸੜਕ ਤੇ ਦੇਖਦਾ ਹੈ ਹਾਲਾਂਕਿ ਜਦੋਂ ਉਸ ਨੂੰ ਮੌਕਾ ਮਿਲਦਾ ਤਾਂ ਉਹ ਬਾਈਕ ਦੇ ਉੱਤੇ ਬੈਠਦਾ ਹੈ ਬਾਈਕ ਦੇ ਉੱਤੇ ਬੈਠਣ ਤੋਂ ਬਾਅਦ ਚਾਬੀ ਲਗਾ ਕੇ ਮੋਕੇ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਕਿਹਾ ਜਾ ਰਿਹਾ ਕਿ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਚੋਰੀ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿਸ ਸ਼ਖਸ ਦਾ ਬਾਈਕ ਚੋਰੀ ਹੋਇਆ ਉਸ ਦਾ ਕਹਿਣਾ ਹੈ ਕਿ ਉਹ 15 ਮਿੰਟ ਦੇ ਲਈ ਬਾਹਰ ਮੋਟਰਸਾਈਕਲ ਖੜਾ ਕੇ ਦੰਦ ਦੀ ਦਵਾਈ ਲੈਣ ਦੇ ਲਈ ਗਿਆ ਸੀ ਤੇ ਜਦੋਂ ਉਹ ਵਾਪਸੀ ਤੇ ਆਇਆ ਤਾਂ ਉਸ ਦਾ ਬਾਈਕ ਉਸ ਦੀ ਜਗ੍ਹਾ ਤੇ ਨਹੀਂ ਖੜਾ ਸੀ ਜਦੋਂ ਉਸ ਨੇ ਆਲੇ ਦੁਆਲੇ ਤਲਾਸ਼ ਕੀਤੀ ਤਾਂ ਜਦੋਂ ਉਹ ਨਹੀਂ ਮਿਲਿਆ ਤਾਂ ਸੀਸੀਟੀਵੀ ਨੂੰ ਚੈੱਕ ਕੀਤਾ ਜਿਸ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਫੜੀ ਗਈ ਹੈ ਦੰਦਾ ਦੀ ਦਵਾਈ ਲੈਣ ਗਏ ਇੱਕ ਸ਼ਖਸ ਦਾ ਬਾਈਕ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ 15 ਮਿੰਟ ਦੇ ਲਈ ਇੱਕ ਸ਼ਖਸ ਦਵਾਈ ਲੈਣ ਦੇ ਲਈ ਗਿਆ ਤੇ ਬਾਹਰ ਆਉਂਦਾ ਤਾਂ ਬਾਈਕ ਉਸ ਦਾ ਉਸ ਦੀ ਥਾਂ ਤੇ ਨਹੀਂ ਖੜਾ ਹੁੰਦਾ ਜਿਸ ਤੋਂ ਬਾਅਦ ਉਹ ਤੁਰੰਤ ਸੀਸੀਟੀਵੀ ਚੈੱਕ ਕਰਦਾ ਤਾਂ ਉਸ ਦੇ ਵਿੱਚ ਸਾਫ਼ ਦੇਖਦਾ ਹੈ ਕਿ ਇੱਕ ਵਿਅਕਤੀ ਜੋ ਕਿ ਪਹਿਲਾ ਤਾਂ ਬਾਈਕ ਦੇ ਉੱਤੇ ਆ ਕੇ ਬੈਠ ਜਾਂਦਾ ਹੱਥ ਦੇ ਵਿੱਚ ਉਸ ਦੇ ਬੈਗ ਫੜਿਆ ਹੁੰਦਾ ਤੇ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਤੇ ਉਹ ਬਾਈਕ ਤੇ ਚਾਬੀ ਲਗਾ ਕੇ ਮੋਕੇ ਤੋਂ ਰਫੂ ਚੱਕਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਪਹਿਲਾਂ ਤਾਂ ਕਾਰ ਦੇ ਕੋਲੋਂ ਨਿਕਲ ਕੇ ਆ ਰਿਹਾ ਹੈ ਹਾਲਾਂਕਿ ਸੜਕ ਜੋ ਹੈ ਉਹ ਚੱਲ ਰਹੀ ਹੁੰਦੀ ਹੈ ਸੜਕ ਦੇ ਉੱਤੇ ਆਵਾਜਾਈ ਚੱਲ ਰਹੀ ਹੁੰਦੀ ਹੈ ਤੇ ਉਹ ਪਹਿਲਾਂ ਤਾਂ ਸੜਕ ਤੇ ਦੇਖਦਾ ਹੈ ਹਾਲਾਂਕਿ ਜਦੋਂ ਉਸ ਨੂੰ ਮੌਕਾ ਮਿਲਦਾ ਤਾਂ ਉਹ ਬਾਈਕ ਦੇ ਉੱਤੇ ਬੈਠਦਾ ਹੈ ਬਾਈਕ ਦੇ ਉੱਤੇ ਬੈਠਣ ਤੋਂ ਬਾਅਦ ਚਾਬੀ ਲਗਾ ਕੇ ਮੋਕੇ ਤੋਂ ਫਰਾਰ ਹੋ ਜਾਂਦਾ ਹੈ ਹਾਲਾਂਕਿ ਕਿਹਾ ਜਾ ਰਿਹਾ ਕਿ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਇਹ ਚੋਰੀ ਦੀ ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿਸ ਸ਼ਖਸ ਦਾ ਬਾਈਕ ਚੋਰੀ ਹੋਇਆ ਉਸ ਦਾ ਕਹਿਣਾ ਹੈ ਕਿ ਉਹ 15 ਮਿੰਟ ਦੇ ਲਈ ਬਾਹਰ ਮੋਟਰਸਾਈਕਲ ਖੜਾ ਕੇ ਦੰਦ ਦੀ ਦਵਾਈ ਲੈਣ ਦੇ ਲਈ ਗਿਆ ਸੀ ਤੇ ਜਦੋਂ ਉਹ ਵਾਪਸੀ ਤੇ ਆਇਆ ਤਾਂ ਉਸ ਦਾ ਬਾਈਕ ਉਸ ਦੀ ਜਗ੍ਹਾ ਤੇ ਨਹੀਂ ਖੜਾ ਸੀ ਜਦੋਂ ਉਸ ਨੇ ਆਲੇ-ਦੁਆਲੇ ਤਲਾਸ਼ ਕੀਤੀ ਤਾਂ ਜਦੋਂ ਉਹ ਨਹੀਂ ਮਿਲਿਆ ਤਾਂ ਸੀਸੀਟੀਵੀ ਨੂੰ ਚੈੱਕ ਕੀਤਾ ਜਿਸ ਦੇ ਵਿੱਚ ਇਹ ਚੋਰੀ ਦੀ ਵਾਰਦਾਤ ਫੜੀ ਗਈ ਹੈ